ਸ਼ੁਰੂਆਤ ਕਰਦੇ ਹਾਂ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਰਹੂੜੀਆਂ ਵਾਲੀ ਤੋਂ ਜਿੱਥੇ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਜਦੋਂ ਪਿੰਡ ਦੇ ਲੋਕਾਂ ਨੇ ਸਰਕਾਰੀ ਹਾਈ ਸਕੂਲ ਨੂੰ ਘੇਰਾ ਪਾ ਲਿਆ। ਮਾਮਲਾ ਸੀ ਸਕੂਲ ਦੇ ਡੀਪੀ ਅਧਿਆਪਕ ਤਲਵਿੰਦਰਜੀਤ ਸਿੰਘ ਵੱਲੋਂ ਸਕੂਲ 'ਚ ਪੜ੍ਹਨ ਵਾਲੀਆਂ ਕੁੜੀਆਂ ਨਾਲ ਕਥਿਤ ਤੌਰ ਤੇ ਛੇੜਛਾੜ ਕਰਨ ਦਾ। ਇਕੱਠੇ ਹੋਏ ਲੋਕਾਂ ਨੇ ਉਕਤ ਅਧਿਆਪਕ ਨੂੰ ਨੌਕਰੀ ਤੋਂ ਫਾਰਗ ਕਰਨ ਦੀ ਮੰਗ ਕਰਦਿਆਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ। ਜੀ ਉਹ ਸਰ ਹਰੇਕ ਇੱਕ ਕੁੜੀ ਵੀ ਨਹੀਂ ਛੱਡੀ ਉਹਨਾਂ ਨੇ, ਉਹਨਾਂ ਨਾਲ ਗਲਤ ਕੀਤਾ। ਉਹਨਾਂ ਨੇ ਇੰਨੀ ਹਿੰਮਤ ਸੀਗੀ ਕਿ ਉਹ ਹਰੇਕ ਕੁੜੀ ਨੂੰ ਡਰਾਵਾ ਪਾਉਂਦੇ ਸੀਗੇ ਕਿ ਉਹ ਉਹਨਾਂ ਦੇ ਮਾਪਿਆਂ ਨੂੰ ਪੁਲਿਸ 'ਚ ਫੜਾ ਦੇਣਗੇ। ਉਹ ਹਰੇਕ ਕੁੜੀ ਨਾਲ ਗਲਤ ਕਰਦੇ ਸੀਗੇ। ਉਹ 12-13 ਸਾਲ ਦੀਆਂ ਕੁੜੀਆਂ ਨਾਲ ਵੀ ਹਰਕਤਾਂ ਕਰਦੇ ਸੀ। 3 ਸਾਲ ਤੋਂ ਅਸੀਂ ਸਾਰੀਆਂ ਕੁੜੀਆਂ ਇਹ ਹਰਕਤਾਂ ਚੱਲਦੀਆਂ ਆਈਆਂ, ਪਰ ਉਦੋਂ ਸਾਡੇ ਤੋਂ ਹਿੰਮਤ ਨਹੀਂ ਹੋਈ। ਪਰ ਹੁਣ ਜਦੋਂ ਅਸੀਂ ਮੈਡਮਾਂ ਨੂੰ ਦੱਸਿਆ, ਉਹਨਾਂ ਨੇ ਸਾਡਾ ਸਾਥ ਦਿੱਤਾ ਅਤੇ ਸਾਡੇ ਮਾਪਿਆਂ ਨੇ ਵੀ ਸਾਡਾ ਸਾਥ ਦਿੱਤਾ। ਉਹਨਾਂ ਨੇ ਜਦੋਂ ਸਾਡਾ ਸਾਥ ਦਿੱਤਾ ਤਾਂ ਇਸ ਲਈ ਅਸੀਂ ਹੁਣ ਤੱਕ ਇੱਥੋਂ ਪਹੁੰਚ ਗਏ। ਬੱਚੀਆਂ ਕਹਿੰਦੀਆਂ ਵੀ ਸਾਨੂੰ ਇਹ ਨਿੱਤ ਰੋਜ਼ ਹੀ ਛੇੜਦਾ ਹੈਗਾ, ਇਹ ਬਹੁਤ ਚਿਰ ਦਾ ਮਾਮਲਾ ਚੱਲੀ ਜਾਂਦਾ। ਇਸ ਤੋਂ ਪਹਿਲਾਂ 2-3 ਮਾਮਲੇ ਪਹਿਲਾਂ ਵੀ ਹੋਏ ਆ, FIR ਕੱਟੀ ਗਈ ਉਹਨਾਂ 'ਤੇ, ਪਰਚਾ ਕੱਟ ਕੇ ਕੋਰਟ ਦੇ ਵਿੱਚ ਗਿਆ, ਉੱਥੇ ਜਾ ਕੇ ਉਹਨਾਂ ਨੂੰ ਬਾਏ 'ਚ ਬਰੀ ਕੀਤਾ ਜਾਂਦਾ ਹੈਗਾ, ਉਹ ਫਿਰ ਦੁਬਾਰਾ ਨੌਕਰੀ 'ਤੇ ਲੱਗ ਜਾਂਦਾ। ਪਰ ਇਸ ਵਾਰ ਅਸੀਂ ਪਿੰਡ ਨੇ ਇਹ ਸੋਚਿਆ ਹੈਗਾ ਵੀ ਉਹਨੂੰ ਕੋਰਟ ਦੇ ਵਿੱਚ ਨਹੀਂ ਲਿਜਾਇਆ ਜਾਊਗਾ, ਜਨਤਾ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਜਾਊਗਾ, ਇੱਥੇ ਲਿਆ ਕੇ ਉਹਨੂੰ ਸਜ਼ਾ ਦਿੱਤੀ ਜਾਊਗੀ, ਉਹਦਾ ਮੂੰਹ ਕਾਲਾ ਕਰਕੇ ਛਿੱਤਰਾਂ ਦਾ ਹਾਰ ਪਾ ਕੇ ਪਿੰਡ ਦੇ ਵਿੱਚ ਗੇੜਾ ਕਰਾਇਆ ਜਾਊਗਾ। ਮੌਕੇ 'ਤੇ ਮੌਜੂਦ ਸਕੂਲ ਪ੍ਰਿੰਸੀਪਲ ਸੁਖਵਿੰਦਰ ਸਿੰਘ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਨਾਕਾਮ ਰਹੇ। ਘਟਨਾ ਦੀ ਸੂਚਨਾ ਮਿਲਦੇ ਸਾਰ ਸਿੱਖਿਆ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਪੰਚਾਇਤ ਦੇ ਨੁਮਾਇੰਦਿਆਂ ਅਤੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਕਤ ਅਧਿਆਪਕ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਮੈਨੂੰ ਜਦੋਂ ਫੋਨ ਗਿਆ ਸਕੂਲ ਦੇ ਵਿੱਚੋਂ 10 ਵਜੇ, ਮੈਂ ਆਖਿਆ ਵੀ ਮੈਂ ਇੱਥੇ ਹੁਣੇ ਆ ਜਾਂਦਾ, ਮੈਂ ਇਸੇ ਟਾਈਮ ਹੀ ਜਦੋਂ ਮੈਡਮ ਨੇ ਕੀਤਾ ਫੋਨ, ਜਿਹੜੇ ਇੱਥੇ ਸਕੂਲ ਦੇ ਵਿੱਚ ਹਾਜ਼ਰ ਸੀ, ਅਤੇ ਉਸੇ ਟਾਈਮ ਮੈਂ ਸਕੂਲ ਦੇ ਵਿੱਚ ਪਹੁੰਚ ਗਿਆ। ਸਕੂਲ ਦੇ ਵਿੱਚ ਪਹੁੰਚਣ ਸਾਰ ਜਦੋਂ ਮੈਨੂੰ ਉਹਨਾਂ ਨਾਲ ਮੈਂ ਗੱਲਬਾਤ ਕੀਤੀ, ਉਹਨਾਂ ਨੇ ਕਿਹਾ ਵੀ ਅੱਛਾ, ਮੈਂ ਉਸੇ ਟਾਈਮ ਉਹਨਾਂ ਨੇ ਜਦੋਂ ਮੈਨੂੰ ਇਹ ਇਸ ਤਰ੍ਹਾਂ ਦੇ ਦੱਸਿਆ ਵੀ ਹਰਕਤਾਂ ਹੈਗੀਆਂ, ਬਾਕੀ ਚਲੋ ਮੈਡਮ ਨਾਲ ਕੋਈ ਗੱਲ ਕਰ ਲੈਂਦੇ, ਮੈਨੂੰ ਮਾੜੀ ਹਰਕਤ ਹੀ ਹੋ ਗਈ ਕਹਿ ਤਾਂ ਮੈਂ ਮਾਨਜੋ ਜ਼ਿਲ੍ਹਾ ਸਿੱਖਿਆ ਅਫਸਰ ਦੇ ਕੋਲ ਚਲਾ ਗਿਆ ਸਕੂਲ ਦੇ ਵਿੱਚੋਂ ਉਸੇ ਟਾਈਮ ਹੀ। ਉਹਨਾਂ ਦੇ ਮੈਂ ਧਿਆਨ ਵਿੱਚ ਸਾਰਾ ਮਸਲਾ ਲਿਆਂਦਾ, ਮੈਂ ਕਿਹਾ ਸਰ ਇਸ ਤਰ੍ਹਾਂ ਦੇ ਸਕੂਲ ਦੇ ਵਿੱਚ ਡੀਪੀ ਰਾਮ ਨੇ ਜੋ ਹਰਕਤ ਕੀਤੀ ਹੈ ਅਤੇ ਉਹਨਾਂ ਦੇ ਮਾਪਿਆਂ ਨੇ ਮੈਨੂੰ ਕਿਹਾ, ਔਰ ਉਹਨਾਂ ਨੇ ਤੁਰੰਤ ਪੂਰੇ ਜੋ ਗਰਮੇ ਮੁੜ ਕੇ ਉਹਨਾਂ ਨੇ ਉਸੇ ਟਾਈਮ ਹੀ ਉਹਨਾਂ ਨੇ ਮੈਂ ਹੁਣੇ ਐਕਸ਼ਨ ਲੈਣਾ ਅਤੇ ਪ੍ਰਿੰਸੀਪਲ ਸਾਹਿਬ ਦੀ ਇਹਨਾਂ ਦੇ ਉਹਨੇ ਮੈਂ ਇਨਕੁਆਇਰੀ ਅਫਸਰ ਲਾ ਦਿੰਦਾ ਅਤੇ ਉਹਨਾਂ ਨੇ ਇਨਕੁਆਇਰੀ ਅਫਸਰ ਦੀ ਉਸੇ ਟਾਈਮ ਹੀ ਲਾ ਦਿੱਤੀ। ਸਰਕਾਰੀ ਹਾਈ ਸਕੂਲ ਪਿੰਡ ਰੂੜਿਆਂਵਾਲੀ ਦੇ ਵਿੱਚ ਇੱਕ ਮਾਮਲਾ ਆਇਆ ਵੀ ਇੱਥੇ ਇੱਕ ਡੀਪੀ ਮਾਸਟਰ ਤਲਵਿੰਦਰਜੀਤ ਸਿੰਘ ਉਹ ਸਕੂਲ ਦੀਆਂ ਬੱਚੀਆਂ ਜੋ ਹੈਗੀਆਂ ਉਹਨਾਂ ਦੇ ਨਾਲ ਕੋਈ ਜਿਸਮਾਨੀ ਤੌਰ 'ਤੇ ਛੇੜਛਾੜ ਕਰਦਾ, ਜਿਸ ਸੰਬੰਧੀ ਅਸੀਂ ਮੌਕੇ 'ਤੇ ਆਏ ਹਾਂ। ਸੋ ਅਸੀਂ ਪਿੰਡ ਵਾਲਿਆਂ ਦਾ ਜੋ ਵਿਊ ਉਹਨਾਂ ਦੇ ਸੁਣ ਕੇ ਜਾਂ ਜੋ ਵੀ ਉਹ ਕਿਸੇ ਕਿਸਮ ਦੀ ਕੋਈ ਲੀਗਲੀ ਕਾਰਵਾਈ ਕਰਾਉਣਾ ਚਾਹੁੰਦੇ ਆ ਜਾਂ ਕੋਈ ਸਾਡੇ ਕੋਲ ਬਿਆਨ ਜਾਂ ਕੋਈ ਕਿਸੇ ਕਿਸਮ ਦੀ ਦਰਖਾਸਤ ਦੇਣਗੇ, ਅਸੀਂ ਉਸ ਮੁਤਾਬਕ ਲੀਗਲੀ ਕਾਰਵਾਈ ਕਰਾਂਗੇ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਆਖਿਰ ਕਦੋਂ ਤੱਕ ਗੁਰੂ ਚੇਲੇ ਦਾ ਪਵਿੱਤਰ ਰਿਸ਼ਤਾ ਤਾਰ-ਤਾਰ ਹੁੰਦਾ ਰਹੇਗਾ। ਬਲਕਿ ਮੰਗਲਵਾਰ ਦਾ ਦਿਨ ਪੰਜਾਬ ਦੀ ਸਿਆਸਤ ਵਿੱਚ ਅਹਿਮ ਰਹਿ ਸਕਦਾ ਹੈ ਤੇ ਪੰਜਾਬ 'ਚ ਜ਼ਿਮਨੀ ਚੋਣਾਂ ਦਾ ਬਿਗਲ ਵੱਜਣ ਦੀ ਸੰਭਾਵਨਾ ਹੈ। ਨਾਲ ਹੀ ਹੁਣ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦਾ ਅਹੁਦਾ ਵੀ ਖਤਰੇ ਵਿੱਚ ਵਿਖਾਈ ਦੇ ਰਿਹਾ ਹੈ, ਕਿਉਂਕਿ ਪੰਜਾਬ 'ਚ ਵਿਧਾਇਕੀ ਤੋਂ ਅਸਤੀਫਾ ਦੇਣ ਵਾਲੇ 3 ਵਿਧਾਇਕਾਂ ਤੇ ਮੰਗਲਵਾਰ ਨੂੰ ਫੈਸਲਾ ਹੋ ਸਕਦਾ ਹੈ। ਨਵਜੋਤ ਸਿੰਘ ਸਿੱਧੂ ਨੂੰ ਸੁਖਪਾਲ ਸਿੰਘ ਖਹਿਰਾ ਦਾ ਸਾਥ ਮਿਲਿਆ ਹੈ। ਇਥੋਂ ਤੱਕ ਕਿ ਸਿੱਧੂ ਲਈ ਆਪਣੇ ਦਰਵਾਜ਼ੇ ਖੁੱਲੇ ਹੋਣ ਦੀ ਵੀ ਗੱਲ ਕਹੀ ਹੈ। ਪੰਜਾਬ ਕੈਬਨਿਟ ਦੇ ਮੰਤਰੀ ਤੇ ਜਿੱਥੇ ਕਾਂਗਰਸ ਦੇ ਲੀਡਰ ਕਾਰਵਾਈ ਦੀ ਮੰਗ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਵਿਰੋਧੀ ਪਾਰਟੀਆਂ ਸਿੱਧੂ ਦਾ ਪੂਰਾ ਸਮਰਥਨ ਕਰ ਰਹੀਆਂ ਹਨ। ਖਹਿਰਾ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਨੇ ਸਹੀ ਕਿਹਾ ਹੈ ਕਿ ਕਾਂਗਰਸ ਤੇ ਅਕਾਲੀ ਦਲ ਮਿਲ ਕੇ ਫਰੈਂਡਲੀ ਮੈਚ ਖੇਡ ਰਹੇ ਹਨ, ਕਿਉਂਕਿ ਸ਼ੁਰੂ ਤੋਂ ਹੀ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਲੁੱਟਿਆ ਹੀ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਵਿੱਚ ਜੋ ਗਲਤ ਹੋਇਆ ਹੈ ਇਹਨਾਂ ਦੋਨਾਂ ਪਰਿਵਾਰਾਂ ਵੱਲੋਂ ਮਿਲ ਕੇ ਕੀਤਾ ਗਿਆ ਹੈ, ਇਸੇ ਕਰਕੇ ਅੱਜ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਹੋਈ। ਖਹਿਰਾ ਨੇ ਕਿਹਾ ਕਿ PDA ਵੱਲੋਂ ਨਵਜੋਤ ਸਿੱਧੂ ਨੂੰ ਪੂਰਾ ਸਾਥ ਦਿੱਤਾ ਜਾਵੇਗਾ। ਖਹਿਰਾ ਨੇ ਉਮੀਦ ਜਤਾਈ ਹੈ ਕਿ ਸਿੱਧੂ ਆਪਣੇ ਇਸ ਸਟੈਂਡ ਉੱਤੇ ਖੜੇ ਰਹਿਣਗੇ। ਨਵਜੋਤ ਸਿੰਘ ਸਿੱਧੂ ਨੇ ਜਿਹੜਾ ਇੱਕ ਵੱਡੇ ਵਾਈਟਲ ਇਸ਼ੂ ਤੇ ਇੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਉਹਦੇ ਕੋਈ ਸਿੱਟਾ ਨਾ ਨਿਕਲਣਾ, ਇਸ ਇਸ਼ੂ ਦੇ ਉੱਤੇ ਜਿਹੜਾ ਉਹਨਾਂ ਨੇ ਆਪਣਾ ਸਟੈਂਡ ਲਿਆ ਵਾ, ਇਸ ਨੂੰ ਅਸੀਂ ਸਵਾਗਤ ਵੀ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਹੁਣ ਆਪਣੇ ਸਟੈਂਡ ਤੇ ਬਰਕਰਾਰ ਰਹੇਗਾ। ਝੁਕਣ ਦੀ ਲੋੜ ਨਹੀਂ, ਕੋਈ ਐਸਾ ਮੌਕਾ ਆਇਆ ਤਾਂ ਅਸੀਂ ਤੁਹਾਡੇ ਨਾਲ ਸਾਥ ਦੇਣ ਨੂੰ ਤਿਆਰ ਹਾਂ ਸਾਰੇ। ਅਸੀਂ ਪੰਜਾਬ ਡੈਮੋਕਰੈਟਿਕ ਅਲਾਇੰਸ, ਅਗਰ ਤੁਸੀਂ ਕੋਈ ਵੱਡਾ ਸਟੈਂਡ ਲੈਂਦੇ ਹੋ ਅਤੇ ਪੰਜਾਬ ਦੇ ਹਿੱਤ ਦੀ ਗੱਲ ਕਰੋਗੇ, ਅਸੀਂ ਤੁਹਾਡੇ ਇਸ ਗੱਲ ਦੀ ਸਪੋਰਟ ਕਰਾਂਗੇ ਔਰ ਸਾਡੇ ਗੱਠਜੋੜ ਦੇ ਜਿਹੜੇ ਦਰਵਾਜ਼ੇ ਨੇ ਉਹ ਤੁਹਾਡੇ ਵਾਸਤੇ ਖੁੱਲ੍ਹੇ ਵੀ ਨੇ
अगर कोई इदां दे आदमी जिहड़े पंजाब दे हित दी गल करदे ने ओह असीं हमेशा उहनां नूं स्वागत करांगे। की तुसी विदेश च अपना करियर बनाना चाहते हो? की तुहानू इंग्लिश बोलन च परेशानी हो रही है? ता अज ही ज्वाइन करो लर्निंग पॉइंट आईलेट्स एंड इमिग्रेशन इंस्टीट्यूट अते पढ़ो आस्ट्रेलिया दिया टॉप यूनिवर्सिटीज विच विद 6 ओवरऑल बैंड डिनर अते भरो सारी फीस वीजा लगन तो बाद एडवांस ओनली एम्बेसी फीस ते 6 to 8 बैंड दी गारंटी बैंड ना आउन ते पूरी फीस वापस देन विजिट टू लर्निंग पॉइंट इंस्टीट्यूट बैंक बाजार ऑपोजिट HDFC बैंक रामपुरा फूल एंड बरनाला रोड नियर पंजाब एंड सिंध बैंक बिलासपुर और जानकारी लई संपर्क करो रामपुरा फूल दे नंबर 9517190016 अते बिलासपुर दे नंबर 8559040004 ते खुशखबरी ਹੁਣ ਤੁਹਾਨੂੰ ਬਠਿੰਡਾ ਜਾਂ ਦੂਰ ਦਰਾਡੇ ਜਾਣ ਦੀ ਜ਼ਰੂਰਤ ਨਹੀਂ ਤੁਹਾਡੇ ਆਪਣੇ ਸ਼ਹਿਰ ਰਾਮਪੁਰਾ ਫੂਲ ਚ ਖੁੱਲ ਗਿਆ ਹੈ ਸਿੱਧੂ ਫਲੈਕਸ ਹਰ ਤਰ੍ਹਾਂ ਦੇ ਫਲੈਕਸ ਪ੍ਰਿੰਟਿੰਗ ਵਿਜ਼ਿਟਿੰਗ ਕਾਰਡ ਅਤੇ ਲੈਟਰ ਪੈਡ ਬਣਾਉਣ ਲਈ ਵਧੀਆ ਕੁਆਲਿਟੀ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਹਨ ਘੱਟ ਰੇਟ ਤੇ ਵਧੀਆ ਫਲੈਕਸ ਬਣਾਉਣ ਲਈ ਅਤੇ ਫਲੈਕਸ ਹੋਲਡਿੰਗ ਲਗਵਾਉਣ ਲਈ ਅੱਜ ਹੀ ਵਿਜ਼ਿਟ ਕਰੋ ਸਿੱਧੂ ਫਲੈਕਸ ਗਊਸ਼ਾਲਾ ਮਾਰਕੀਟ ਨੀਅਰ ਪੋਸਟ ਆਫਿਸ ਰਾਮਪੁਰਾ ਫੂਲ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 9217621000 ਤੇ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ 19 ਮਈ ਨੂੰ ਲੋਕ ਸਭਾ ਚੋਣਾਂ ਲਈ ਪਈਆਂ ਵੋਟਾਂ ਸੰਬੰਧੀ ਪ੍ਰਾਪਤ ਰਿਪੋਰਟਾਂ ਨੂੰ ਵਾਚਣ ਉਪਰੰਤ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਸ਼ਾਸ਼ੀ ਅਧੀਨ ਆਉਂਦੇ ਪੋਲਿੰਗ ਸਟੇਸ਼ਨ ਨੰਬਰ 123 ਉੱਤੇ ਦੁਬਾਰਾ ਵੋਟਾਂ ਪਵਾਉਣ ਦੇ ਹੁਕਮ ਦਿੱਤੇ ਗਏ ਹਨ। ਇਹ ਵੋਟਾਂ 22 ਮਈ 2019 ਦਿਨ ਬੁੱਧਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ ਡਾਕਟਰ ਐਸ ਕਰੁਣਾ ਰਾਜੂ ਨੇ ਦੱਸਿਆ ਕਿ 22 ਮਈ 2019 ਨੂੰ ਇਸ ਪੋਲਿੰਗ ਸਟੇਸ਼ਨ ਉੱਤੇ ਮੁੜ ਤੋਂ ਵੋਟਾਂ ਪਵਾਉਣ ਸੰਬੰਧੀ ਸਮੁੱਚੇ ਪ੍ਰਬੰਧ ਕਰ ਲਏ ਗਏ ਹਨ। ਤਪਾ ਨੇੜੇ ਡੀਲੈਕਸ ਬੱਸ ਚ ਅੱਗ ਲੱਗਣ ਕਾਰਨ ਬੱਸ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ। ਬੱਸ ਸਵਾਰ ਸਾਰੇ ਲੋਕ ਬਾਲ ਬਾਲ ਬਚ ਗਏ। ਇਹ ਬੱਸ ਗੰਗਾਨਗਰ ਤੋਂ ਚੰਡੀਗੜ੍ਹ ਜਾ ਰਹੀ ਸੀ। ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਬਰਨਾਲਾ ਬਠਿੰਡਾ ਮੁੱਖ ਮਾਰਗ ਤੇ ਪਿੰਡ ਕੁੰਸਾ ਨਜ਼ਦੀਕ ਰਾਤ ਦੇ ਕਰੀਬ 2:30 ਪਾਰਕਿੰਗ ਕਾਰਨ ਇੱਕ ਚੱਲਦੀ AC ਬੱਸ ਨੂੰ ਅੱਗ ਲੱਗੀ। ਬੱਸ ਚ ਮੌਜੂਦ ਸਵਾਰੀਆਂ ਨੇ ਬੱਸ ਵਿਚ ਅੱਗ ਲੱਗਣ ਦਾ ਕਾਰਨ ਸਪਾਰਕਿੰਗ ਦਾ ਹੋਣਾ ਦੱਸਿਆ। ਇਹ ਬੱਸ ਰਾਜਸਥਾਨ ਡੀਪੂ ਦੀ ਦੱਸੀ ਜਾ ਰਹੀ ਹੈ ਜੋ ਕਿ ਕਟਸਾਨਾ ਤੋਂ ਚੱਲ ਕੇ ਵਾਇਆ ਲੁਧਿਆਣਾ ਹੋ ਕੇ ਚੰਡੀਗੜ੍ਹ ਜਾਂਦੀ ਹੈ। ਘਟਨਾ ਦਾ ਪਤਾ ਲੱਗਦੇ ਹੀ ਥਾਣਾ ਮੁਖੀ ਤਪਾ, ਥਾਣਾ ਮੁਖੀ ਰੁੜੇਕੇ ਗਮਦੂਰ ਸਿੰਘ, ਮਿੰਨੀ ਸਹਾਰਾ ਕਲੱਬ ਦੀਆਂ ਐਂਬੂਲੈਂਸਾਂ ਅਤੇ ਪਿੰਡ ਕੁੰਸਾ ਤੋਂ ਸਮਾਜ ਸੇਵੀ ਕਲੱਬ ਦੀ ਫਾਇਰ ਬ੍ਰਿਗੇਡ ਮੌਕੇ ਤੇ ਪੁੱਜੇ ਅਤੇ ਰਾਹਤ ਕਾਰਜਾਂ ਵਿਚ ਜੁਟੇ। ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਬਿਆਨਾਂ ਨਾਲ ਕਾਂਗਰਸ ਦੇ ਜ਼ਿਆਦਾਤਰ ਮੰਤਰੀ ਉਨ੍ਹਾਂ ਦੇ ਖਿਲਾਫ ਹੋ ਗਏ ਹਨ। ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਵੀ ਸਿੱਧੂ ਤੋਂ ਖਫਾ ਹੈ। ਉਨ੍ਹਾਂ ਕਿਹਾ ਕਿ ਸੂਬਾ ਪ੍ਰਧਾਨ ਸੁਨੀਲ ਜਾਖੜ ਤੋਂ ਰਿਪੋਰਟ ਮੰਗੀ ਗਈ ਹੈ। ਪਾਰਟੀ ਦਾ ਅਕਸ ਖਰਾਬ ਹੋਇਆ ਹੈ। ਮਾਮਲਾ ਰਾਹੁਲ ਗਾਂਧੀ ਦੇ ਧਿਆਨ ਵਿਚ ਵੀ ਹੈ। ਆਸ਼ਾ ਕੁਮਾਰੀ ਨੇ ਕਿਹਾ ਕਿ ਇਸ ਮਾਮਲੇ ਵਿਚ ਕਾਰਵਾਈ ਤਾਂ ਹੋਵੇਗੀ ਪਰ ਫੈਸਲਾ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਰਾਂਗੇ। ਸੂਬੇ ਦੇ ਕਈ ਕੈਬਨਿਟ ਮੰਤਰੀਆਂ ਨੇ ਵੀ ਸਿੱਧੂ ਤੇ ਕਾਰਵਾਈ ਦੀ ਮੰਗ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਸਿੱਧੂ ਖਿਲਾਫ ਕਾਰਵਾਈ ਹੋ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਬ੍ਰਹਮ ਮਹਿੰਦਰਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਾਧੂ ਸਿੰਘ ਧਰਮਸਰੋਤ ਨੇ ਵੀ ਸਿੱਧੂ ਦੀ ਬਿਆਨਬਾਜ਼ੀ ਨੂੰ ਬੇਤੁਕੀ ਅਤੇ ਗੈਰ ਵਾਜਬ ਕਰਾਰ ਦਿੱਤਾ ਹੈ। ਕੀ ਤੁਸੀਂ ਵਿਦੇਸ਼ ਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹੋ? ਕੀ ਤੁਹਾਨੂੰ ਇੰਗਲਿਸ਼ ਬੋਲਣ ਚ ਪਰੇਸ਼ਾਨੀ ਹੋ ਰਹੀ ਹੈ? ਤਾਂ ਅੱਜ ਹੀ ਜੁਆਇਨ ਕਰੋ ਲਰਨਿੰਗ ਪੁਆਇੰਟ ਆਈਲੈਟਸ ਐਂਡ ਇਮੀਗ੍ਰੇਸ਼ਨ ਇੰਸਟੀਟਿਊਟ ਅਤੇ ਪੜ੍ਹੋ ਆਸਟ੍ਰੇਲੀਆ ਦੀਆਂ ਟੌਪ ਯੂਨੀਵਰਸਿਟੀਜ਼ ਵਿਚ ਵਿਦ 6 ਓਵਰਆਲ ਬੈਂਡ ਦੇ ਨਾਲ ਅਤੇ ਭਰੋ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਐਡਵਾਂਸ ਓਨਲੀ ਐਮਬੈਸੀ ਫੀਸ ਤੇ 6 to 8 ਬੈਂਡ ਦੀ ਗਾਰੰਟੀ ਬੈਂਡ ਨਾ ਆਉਣ ਤੇ ਪੂਰੀ ਫੀਸ ਵਾਪਸ ਦੈਨ ਵਿਜ਼ਿਟ ਟੂ ਲਰਨਿੰਗ ਪੁਆਇੰਟ ਇੰਸਟੀਟਿਊਟ ਬੈਂਕ ਬਾਜ਼ਾਰ ਓਪੋਜ਼ਿਟ HDFC ਬੈਂਕ ਰਾਮਪੁਰਾ ਫੂਲ ਐਂਡ ਬਰਨਾਲਾ ਰੋਡ ਨੀਅਰ ਪੰਜਾਬ ਐਂਡ ਸਿੰਧ ਬੈਂਕ ਬਿਲਾਸਪੁਰ ਹੋਰ ਜਾਣਕਾਰੀ ਲਈ ਸੰਪਰਕ ਕਰੋ ਰਾਮਪੁਰਾ ਫੂਲ ਦੇ ਨੰਬਰ 9517190016 ਅਤੇ ਬਿਲਾਸਪੁਰ ਦੇ ਨੰਬਰ 8559044000004 ਤੇ ਖੁਸ਼ਖਬਰੀ ਹੁਣ ਤੁਹਾਨੂੰ ਬਠਿੰਡਾ ਜਾਂ ਦੂਰ ਦਰਾਡੇ ਜਾਣ ਦੀ ਜ਼ਰੂਰਤ ਨਹੀਂ ਤੁਹਾਡੇ ਆਪਣੇ ਸ਼ਹਿਰ ਰਾਮਪੁਰਾ ਫੂਲ ਚ ਖੁੱਲ ਗਿਆ ਹੈ ਸਿੱਧੂ ਫਲੈਕਸ ਹਰ ਤਰ੍ਹਾਂ ਦੇ ਫਲੈਕਸ ਪ੍ਰਿੰਟਿੰਗ ਵਿਜ਼ਿਟਿੰਗ ਕਾਰਡ ਅਤੇ ਲੈਟਰ ਪੈਡ ਬਣਾਉਣ ਲਈ ਵਧੀਆ ਕੁਆਲਿਟੀ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਹਨ ਘੱਟ ਰੇਟ ਤੇ ਵਧੀਆ ਫਲੈਕਸ ਬਣਾਉਣ ਲਈ ਅਤੇ ਫਲੈਕਸ ਹੋਲਡਿੰਗ ਲਗਵਾਉਣ ਲਈ ਅੱਜ ਹੀ ਵਿਜ਼ਿਟ ਕਰੋ ਸਿੱਧੂ ਫਲੈਕਸ ਗਊਸ਼ਾਲਾ ਮਾਰਕੀਟ ਨੀਅਰ ਪੋਸਟ ਆਫਿਸ ਰਾਮਪੁਰਾ ਫੂਲ
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 9217621000 ਤੇ। You are watching NC7 News. To give advertisement for flash ad, video ad and paid stories on this channel, contact us on 9855858559.